ਪੰਜਾਬ ਦੇ ਸ਼ਹਿਰ ਫੈਸਲਾਬਾਦ ਨੇ ਪਹਿਲੀ ਸਦੀ ਸੇ ਲੈ ਕੇ ਅਬ ਜਿਤਨੀ ਸਦੀਆਂ ਗੁਰਤੀ ਹੈ ਤੋਂ ਉਨਕੇ ਅੰਦਰ ਬਹੁਤ ਸੇ ਐਸੇ गुलूकार मौसीकार जो हमेशा से पंजाब के साथ साथ पाकिस्तान भर में और इंटरनेशनल दुनिया में अपना नाम रोशन करते आए हैं फैसलाबाद का एक ऐसा ही नन्ना मौसीकार या फिर कहा जाए कि तबला साज जो कि तबला बजाता है तो उसके सुनने वाले उसके असर में खो से जाते हैं इस वक्त मेरे साथ आठ साल वकास मौजूद है जो बहुत ही खूबसूरत तबला बजाता है उससे आपकी आज मुलाकात भी करवाएंगे और उसका तबला भी आपको सुनाएंगे वकास क्या उम्र है तुम्हारी मेरी आठ साल ਕੱਬ ਸੇ ਤਬਲਾ ਬਜਾ ਰਹੇ ਹੋ ਮੈਂ ਬਚਪਨ ਸੇ ਬਚਪਨ ਸੇ ਤਬਲਾ ਬਜਾ ਰਹੇ ਹੋ ਹਮਾਰੇ ਦੇਖਣ ਵਾਲੋਂ ਕੋ ਵੀ ਆਪਣਾ ਤਬਲਾ ਸੁਣਾ ਦਿਓ ਠੀਕ ਥੋੜਾ ਸਾ ਬਜਾ ਕੇ انتہائی خوبصورت তবلا بجانے والا یہ وقاص کب سے یہ شوق رکھتا ہے اور اس کے والد صاحب کیا کہتے ہیں ان سے بھی بات جانتے ہیں سر بتائیگا وقاص کو کب سے یہ شوق ہے اور کس طرح سے اس کو عادت پڑی کہ یہ بجانا ہے اور اپنے اپ کو اس کے اندر ڈھالنا ہے جی اسی کو علی کردے سی تے ایدا کم سی کہ پانڈے پھڑ کے بجاونڈے اپنا کدی کچھ بجاونا کدی کچھ بجاونا پیٹیاں بجاونڈے پاو پھر میں انو نہیں روکے میں ٹھیک اچھے ا دے ہاتھ چل دے نظر ائے مینوں ਮੈਂ ਘਰ ਜੀ ਕਾ ਫਿਰ ਉਹਨੇ ਮੈਂ ਬੈਠ ਕੇ ਆਪ ਖੁਦ ਦੱਸਣਾ ਬੇਟਾ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਇਸ ਤਰ੍ਹਾਂ ਕੁਝ ਉਹਨਾ ਮੈਂ ਨਹੀਂ ਜਾਣਦਾ ਜਿੰਨਾ ਮਾਸ਼ਾਅੱਲਾ ਮੇਰਾ ਬੇਟਾ ਕਰਦਾ ਹੈ ਤੇ ਮੈਨੂੰ ਕੀ ਕੀ ਖੁਆਬ ਰਖਤੇ ਹਨ ਵਕਾਸ ਕੋ लेके ਕਿ ਵਕਾਸ ਜੋ ਹੈ ਉਹ ਕੀ ਕਰੇਗਾ ਮੇਰੇ ਦਿਲ 'ਚ ਤੇ ਬੜੇ ਸ਼ੌਕ ਨੇ ਕਿਉਂਕਿ ਮੈਂ ਅੱਲਾਹ ਕੋ ਬੜਾ ਮਹਿੰਗਾ ਲਿਆ ਹੋਇਆ ਹੈ ਤੇ ਮੇਰੇ ਟੇਡ ਜੋ ਮੇਰੀ 50 ਸਾਲ ਦੀ ਰੇਂਜ ਹੋ ਗਈ ਹੈ ਤੇ ਮਾਸ਼ਾਅੱਲਾ ਅਲਹਮਦੁਲਿਲਾ ਮੇਰੇ ਦਿਲ ਦੀ ਖੁਆਇਸ਼ ਆ ਕਿ ਬੜਾ ਹੀ ਨਾਮ ਇਹਦਾ ਅੱਲਾ ਪੰਜ ਤਨ ਪਾ ਕੇ ਇਨਾ ਕੁ ਨਾਮ ਕਰੇ ਕਿ ਮੈਂ ਮੇਰੇ ਰੂਹ ਰਾਜੀ ਹੋਵੇ ਹੁਣ ਵੀ ਕਿਸੇ ਵੇਲੇ ਤਬਲਾ ਵਜਾਉਂਦਾ ਨਾ ਤੇ ਮੈਂ ਰੋਂਡਾ ਪੰਨਾ ਮਾ ਲੈਦਗੀ ਸਾਈਡ ਤੇ ਬਹਿ ਕੇ ਖੁਸ਼ੀ ਨਾਲ ਹੀ ਰੋਂਡਾ ਪੰਨਾ ਮਾ ਤੇ ਬਸ ਦੁਆ ਵਾ ਮੇਰੀ ਇਹਦੇ ਹੱਕ ਅੰਦਰ ਕਿ ਮੌਲਾ ਪੰਜ ਤਨ ਪਾਕ ਦੇ ਨੂੰ ਅੱਛੇ ਮਕਾਮ ਤੇ ਪਹੁੰਚਾਵੇ ਤੇਰਾ ਨਾਮ ਹੋਵੇ ਤੇ ਤੂੰ ਬਹੁਤ ਹੀ ਅੱਛਾ ਨਿਕਲੇ ਜੀ ਬਿਲਕੁਲ ਵਕਾਸ ਅਲੀ ਕੇ ਫਾਦਰ ਵਾਲਦ ਜੋ ਹੈ ਉਹ ਇਸ ਬਾਤ ਦੀ ਦੁਆ ਕਰਤੇ ਹਨ ਕਿ ਵਕਾਸ ਪੜਾ ਲਿਖਾ ਹੋਣੇ ਕੇ ਸਾਥ ਸਾਥ ਅਗਰ ਤਬਲਾ ਸਾਜ਼ੀ ਦਾ ਸ਼ੌਕ ਰੱਖਦਾ ਹੈ तो उसको आगे लेके चले ताकि दीगर मौसीकारों की तरह या दूसरे लोगों की तरह जो फैसलाबाद से पंजाब भर में अपना नाम बनाते हैं तो वकास अली भी अपना नाम बना सके जी